ਸਾਡਾ ਕੰਮ ਹੈ ਮਿਹਨਤ। ਕਿਸੇ ਜਾਤ ਬਰਾਦਰੀ ਨੂੰ ਅਸੀਂ ਕੁਛ ਨਹੀਂ ਕਿਹਾ, ਕੋਈ ਨਫ਼ਰਤ ਭਰਿਆ ਲਫ਼ਜ਼ ਨਹੀਂ ਬੋਲਿਆ। ਸਕੂਲਾਂ ਦੀ ਗੱਲ ਕੀਤੀ, ਹਸਪਤਾਲਾਂ ਦੀ ਗੱਲ ਕੀਤੀ, ਇਨਫਰਾਸਟ੍ਰਕਚਰ ਦੀ ਗੱਲ ਕੀਤੀ, ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਭਾਈ ਗੱਲ ਕੀਤੀ, ਤਾਂ ਲੋਕਾਂ ਨੇ ਵੋਟਾਂ ਪਾਤੀਆਂ। ਉਹਨਾਂ ਨੇ ਕੀ ਗੱਲ ਕੀਤੀ, ਅਸੀਂ ਇਹਨਾਂ ਦੀ ਕੱਟੜ ਪਾਰਟੀਆਂ, ਅਸੀਂ ਇਹਨਾਂ ਦੀ ਕੱਟੜ ਪਾਰਟੀਆਂ, ਅਸੀਂ ਉਹਨਾਂ ਦੀ। ਲੋਕ ਕਹਿੰਦੇ ਛੱਡੋ ਪਰੇ ਤੁਸੀਂ, ਫਿਰ ਸਾਡੇ ਕੋਲ ਇੱਕ ਪਾਰਟੀ ਹੈਗੀ ਜਿਹੜੀ ਪੰਜਾਬ ਦੀ ਪਾਰਟੀ ਹੈ, ਜਿਹੜੀ ਦਿਲੋਂ ਪੰਜਾਬ ਨੂੰ ਪਿਆਰ ਕਰਦੀ, ਆਮ ਆਦਮੀ ਪਾਰਟੀ ਹੈ। ਅਤੇ ਲੋਕਾਂ ਨੇ ਝਾੜੂ ਫੇਰਤਾ, ਹੁਣ ਜ਼ਿੰਮੇਵਾਰੀ ਆਪਣੀ ਵੱਧ ਗਈ। ਇੱਕ ਗੱਲੋਂ ਮੈਂ ਤੁਹਾਨੂੰ, ਵਲੰਟੀਅਰ ਬੈਠੇ ਨੇ ਬਹੁਤ ਜ਼ਿਆਦਾ, ਇੱਕ ਗੱਲੋਂ ਮੈਂ ਤੁਹਾਨੂੰ ਤਸੱਲੀ ਦਿਵਾਉਣਾ, ਕਿਉਂਕਿ ਦੇਖੋ ਜੀ, ਅਸੀਂ ਕੋਈ, ਤੁਸੀਂ ਵਾਅਦੇ ਕਰ ਲਏ, ਤੁਸੀਂ ਲੋਕਾਂ ਦੇ ਕੁੰਡੇ ਖੜਕਾਏ, ਤੁਹਾਨੂੰ ਲੋਕਾਂ ਨੇ ਕਿਹਾ ਜੀ ਐਂ ਕਰ ਦੋਗੇ ਵੋਟਾਂ ਪਾ ਦਾਂਗੇ, ਤੁਸੀਂ ਕਹਿਤਾ ਹਾਂਜੀ ਐਂ ਕਰ ਦਾਂਗੇ ਵੋਟਾਂ ਪਾ ਦਿਓ, ਪਾਤੀਆਂ। ਹੁਣ ਜੇ ਉਹ ਵਾਅਦੇ ਪੂਰੇ ਨਾ ਕਰੇ, ਸਭ ਤੋਂ ਪਹਿਲਾਂ ਲੋਕ ਤੁਹਾਡੇ ਘਰੇ ਆਉਣਗੇ ਵੀ ਹਾਂਜੀ ਵੋਟਾਂ ਤਾਂ ਲੈ ਗਏ ਸੀ ਉਦੋਂ, ਐਂ ਕੀਤਾ ਨਹੀਂ। ਮੈਂ ਤੁਹਾਨੂੰ ਬਤੌਰ ਮੁੱਖ ਮੰਤਰੀ ਅਤੇ ਪਾਰਟੀ ਦਾ ਪ੍ਰਧਾਨ ਦੇ ਤੌਰ 'ਤੇ ਮੈਂ ਤੁਹਾਨੂੰ ਇਹ ਤਸੱਲੀ ਦਿਵਾਉਣੀ ਚਾਹੁੰਦਾ, ਤੁਹਾਡਾ ਸਿਰ ਨੀਵਾਂ ਨਹੀਂ ਹੋਣ ਦੇਣਾ। ਇਹੋ ਜਿਹੇ ਫੈਸਲੇ ਆਉਣਗੇ, ਤੁਸੀਂ ਮਾਣ ਨਾਲ ਕਹੋਗੇ ਕਿਉਂ ਜੀ ਆਹ ਕੰਮ ਤਾਂ ਕਿਹਾ ਵੀ ਨਹੀਂ ਸੀ, ਫਿਰ ਵੀ ਕਰਾਤਾ। ਵੱਧ ਕੰਮ ਕਰਾਂਗੇ, ਜਿੰਨੇ ਵਾਅਦੇ ਕੀਤੇ ਉਹ ਤੋਂ ਵੱਧ ਕਰਾਂਗੇ, ਵਾਅਦਿਆਂ ਤੋਂ ਵੱਧ ਕਰਾਂਗੇ, ਕਿਉਂਕਿ ਸਰਕਾਰ ਕੋਲੇ ਨੀਅਤ ਸਾਫ਼ ਹੋਵੇ, ਸਰਕਾਰ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ। ਸੋ ਜਿੰਨੇ ਤੁਸੀਂ ਲੋਕਾਂ ਨਾਲ ਮਿਲ ਕੇ, ਅੱਜ ਵੀ ਜਿਵੇਂ ਮੈਨੂੰ ਦੱਸਿਆ ਚੀਮਾ ਸਾਹਿਬ ਨੇ, ਮੰਤਰੀ ਸਾਹਿਬਾਨਾਂ ਨੇ, ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜ਼ਿਆਦਾਤਰ ਤਾਂ ਇੱਥੇ ਮੌਕੇ 'ਤੇ ਹੱਲ ਹੋ ਗਈਆਂ। ਚੰਡੀਗੜ੍ਹ ਦਾ ਗੇੜਾ ਵੱਜ ਗਿਆ, ਚੰਡੀਗੜ੍ਹ ਦੇ ਗੇੜੇ ਦਾ ਮਤਲਬ 4-5 ਹਜ਼ਾਰ ਰੁਪਈਆ ਅਤੇ ਆਪਣਾ ਕੰਮ ਛੱਡਣਾ। ਆਹੀ ਕਰਿਆ ਕਰਾਂਗੇ ਅਸੀਂ, ਅਸੀਂ ਸਾਰੀ ਸਰਕਾਰ ਨੂੰ ਲੈ ਕੇ ਲੋਕਾਂ ਕੋਲ ਲੈ ਕੇ ਜਾਵਾਂਗੇ, ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ, ਚੰਡੀਗੜ੍ਹ ਲੋਕਾਂ ਕੋਲ ਆਵੇ, ਆਹ ਮੇਰਾ ਮਿਸ਼ਨ। ਅਰਵਿੰਦ ਕੇਜਰੀਵਾਲ ਜੀ ਵੱਲੋਂ ਵੀ ਇਹੀ ਸੁਨੇਹਾ, ਉਹਨਾਂ ਨੇ ਵੀ ਟਾਈਮ ਬਹੁਤ ਕੱਢਿਆ, ਉਹਨਾਂ ਨੇ ਵੀ ਧੰਨਵਾਦ ਕੀਤਾ ਕਿ ਦੁੱਗਣੇ ਤਿੱਗਣੇ ਹੌਸਲੇ ਨਾਲ ਕੰਮ ਕਰਾਂਗੇ। ਨੈਸ਼ਨਲ ਪਾਰਟੀ ਬਣਨ ਤੋਂ ਬਾਅਦ ਇਹ ਪਹਿਲੀ ਇਲੈਕਸ਼ਨ ਸੀ, ਅਤੇ ਨੈਸ਼ਨਲ ਪਾਰਟੀ ਬਣਨ ਤੋਂ ਬਾਅਦ ਜਲੰਧਰ ਵਾਲਿਆਂ ਨੇ ਸ਼ਗਨ ਬਹੁਤ ਸ਼ੁਭ ਕੀਤਾ। ਹੁਣ 24 'ਚ ਦੇਖਿਓ ਹੁੰਦਾ ਕੀ ਆ, ਹੁਣ ਦੇਖਦੇ ਜਾਇਓ ਤੁਸੀਂ। ਹੁਣ ਔਰ ਰਿੰਕੂ ਜੀ MP ਵੀ ਨਵੇਂ ਨੇ, ਔਰ ਜਿਹੜੀ ਲੋਕ ਸਭਾ ਦੇ ਵਿੱਚ ਇਹ ਸਹੁੰ ਚੁੱਕਣਗੇ, ਉਹਦੀ ਬਿਲਡਿੰਗ ਵੀ ਨਵੀਂ ਜਿਹੜੀ ਆ ਉਹ ਬਣੂਗੀ, ਅਤੇ ਉੱਥੇ ਸਹੁੰ ਚੁੱਕਣਗੇ, ਨਵੀਂ ਬਿਲਡਿੰਗ ਬਣੀ ਹੈ, ਨਵਾਂ MP, ਨਵੀਂ ਸੋਚ, ਨਵੇਂ ਵਿਚਾਰ। 10-12 ਮਹੀਨੇ ਹੈਗੇ ਆ, ਤਜਰਬਾ ਸਾਡੇ ਕੋਲ ਹੈਗਾ, 10 MP ਸਾਡੇ ਰਾਜ ਸਭਾ 'ਚ ਨੇ, ਲੋਕ ਸਭਾ 'ਚ ਹਿੱਸਾ ਜਲੰਧਰ ਵਾਲਿਆਂ ਨੇ ਪਵਾਤਾ, ਕੋਈ ਕਮੀ ਨਹੀਂ ਆਉਣ ਦੇਣੀ। 4 MP ਤਾਂ ਇਕੱਲੇ ਜਲੰਧਰ ਦੀ ਹੋ ਗਏ, ਮਿੱਤਲ ਸਾਹਿਬ, ਸੀਚੇਵਾਲ ਸਾਹਿਬ, ਹਰਭਜਨ ਸਿੰਘ ਭੱਜੀ ਅਤੇ ਰਿੰਕੂ ਜੀ, 4 ਤਾਂ ਤੁਹਾਡੇ ਜਲੰਧਰ ਦੀ ਹੋ ਗਏ। ਪਹਿਲਾਂ ਕਦੇ ਇੰਨਾ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਜਲੰਧਰ ਦਾ ਇੰਨਾ ਹਿੱਸਾ ਨਹੀਂ ਸੀ ਜਿੰਨਾ ਹੁਣ ਹੈ। ਇਸ ਕਰਕੇ ਜਲੰਧਰ ਵਾਲਿਓ, ਆਪਣੇ ਆਪ 'ਤੇ ਵੀ ਮਾਣ ਮਹਿਸੂਸ ਕਰਿਓ, ਅਤੇ ਜ਼ਿੰਮੇਵਾਰੀ ਤੁਹਾਡੀ ਵੀ ਵੱਧਗੀ। ਸਾਨੂੰ ਦੱਸਦੇ ਰਹੋ ਕਿ ਇੱਥੇ ਕਮੀ ਹੈ, ਆਹ ਕਰ ਦਿਓ, ਅੱਗੇ ਸਾਡਾ ਕੰਮ ਹੈ, ਅਸੀਂ ਆਪ ਕਰਾਂਗੇ। ਸੋ ਜਿੰਨੀ ਵੀ ਸਾਡੀ ਲੀਡਰਸ਼ਿਪ ਹੈ, ਰੋਡ ਸ਼ੋਆਂ ਦੇ ਵਿੱਚ ਵੀ ਸ਼ਾਮਿਲ ਹੋਏ, ਉਹ ਕਿਸੇ ਨੇ ਗੱਡੀਆਂ ਪਾਰਕਿੰਗ ਕਰਾਉਣ ਦੀ ਵੀ ਜ਼ਿੰਮੇਵਾਰੀ ਲੱਗੀ, ਉਹਦਾ ਵੀ ਧੰਨਵਾਦ ਹੈ। ਸੋ ਜਿਹੜੇ ਜਿੰਨਾ ਵੀ ਪਰਦੇ ਦੇ ਪਿੱਛੇ ਜਿਨ੍ਹਾਂ ਨੇ ਰੈਲੀਆਂ ਕਰਾਉਣ ਦੇ ਮਗਰਲੇ ਪਾਸੇ ਵੀ ਬਹੁਤ ਵੱਡੇ ਹੁੰਦੇ ਨੇ, ਜਿਨ੍ਹਾਂ ਨੇ ਆਹ ਸਟੇਜ ਲਾਈ ਹੋਊ, ਅੱਜ ਵੀ ਆਹ ਪ੍ਰਬੰਧ ਕੀਤਾ ਹੋਊਗਾ ਸਾਰਾ,
ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ, ਕੋਟਨ ਕੋਟ ਧੰਨਵਾਦ ਕਰਦੇ ਹਾਂ ਕਿ ਦੁਆਬੇ ਦੇ ਵਿੱਚ ਇੱਕ ਐਸਾ ਝੰਡਾ ਕੱਢਿਆ ਕਿ ਸਾਡੀ ਜ਼ਿੰਮੇਵਾਰੀ ਵੀ ਵਧਾ ਤੀ। ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ MLA ਸਾਹਿਬਾਨ ਬੈਠੇ ਨੇ ਸਾਹਮਣੇ, NGO ਗਰੁੱਪ ਨੇ ਬਹੁਤ ਸਾਰੇ, ਉਹਨਾਂ ਦੇ ਮੈਂਬਰਾਂ ਬੈਠੇ ਨੇ, ਮੈਂ ਮਿਲਦਾ ਰਿਹਾ ਉਹਨਾਂ ਨੂੰ। MLAs ਦੀ ਡਿਊਟੀ ਲੱਗੀ, ਉਹਨਾਂ ਨੇ ਡਿਊਟੀ ਨਿਭਾਈ ਔਰ ਡਿਊਟੀ ਪੰਜਾਬ ਵਾਸਤੇ ਲੱਗੀ ਸੀ, ਕੋਈ ਲਾਲਚ ਵਾਸਤੇ ਨਹੀਂ ਲੱਗੀ ਸੀ। ਕਿਸੇ ਬੰਦੇ ਨੇ ਇਸ ਕਰਕੇ ਨਹੀਂ ਮਿਹਨਤ ਕੀਤੀ ਕਿ ਜੀ ਮੈਨੂੰ ਵੋਟਾਂ ਤੋਂ ਬਾਅਦ ਇੱਕ ਆਹ ਅਹੁਦਾ ਮਿਲ ਜੂਗਾ, ਨਾ, ਪੰਜਾਬ ਵਾਸਤੇ। ਹਾਂ, ਅਹੁਦੇ ਕੁਰਸੀਆਂ ਬਰਕਤਾਂ ਪਰਮਾਤਮਾ ਦੇ ਹੱਥ 'ਚ ਨੇ, ਉਹ ਵੀ ਮਿਲਣਗੀਆਂ, ਉਹ ਵੀ ਮਿਲਣਗੀਆਂ, ਕਿਉਂ ਨਹੀਂ ਮਿਲਣਗੀਆਂ ਜੋ ਕੰਮ ਕਰਦੇ ਹੋ। ਵਫਾਦਾਰੀ ਸਭ ਤੋਂ ਵੱਡੀ, ਦੇਖੋ ਦੁਨੀਆਂ 'ਚ ਹਰ ਇੱਕ ਚੀਜ਼ ਤੁਸੀਂ ਖਰੀਦ ਲਓਗੇ ਪਰ ਵਫਾਦਾਰੀ ਖਰੀਦੀ ਨਹੀਂ ਜਾ ਸਕਦੀ। ਸੋ ਪਾਰਟੀ ਲਈ ਲੋਇਲ ਰਹੋ, ਖੜ੍ਹੇ ਰਹੋ ਇੱਕੋ ਅੱਡੇ 'ਤੇ। ਮੈਂ ਬਹੁਤ ਵਾਰੀ ਕਿਹਾ ਇੱਕੋ ਅੱਡੇ 'ਤੇ ਖੜ੍ਹੇ ਰਹੋ, ਜ਼ਰੂਰ ਬੱਸ ਰੁਕੂਗੀ ਕੋਈ ਨਾ ਕੋਈ। ਜਿਹੜੇ ਅੱਡੇ ਬਦਲਦੇ ਨੇ, ਨਾ ਇੱਧਰਲੀ ਬੱਸ ਨਾ ਉੱਧਰਲੀ, ਉਹ ਫਿਰਦੇ ਨੇ ਜਬਕਦੇ, ਕਦੇ ਕਿੱਧਰੋ ਕਦੇ ਕਿੱਧਰੇ। ਇੱਕ ਥਾਂ 'ਤੇ ਖੜ੍ਹੇ ਰਹੋ, ਜ਼ਰੂਰ ਕੋਈ ਨਾ ਕੋਈ ਬੱਸ ਰੁਕੂਗੀ ਜਿਹੜੀ ਤੁਹਾਨੂੰ ਲੈ ਕੇ ਵੀ ਜਾਊਗੀ, ਮੰਜ਼ਿਲ 'ਤੇ ਪਹੁੰਚਾਊਗੀ। ਤੁਸੀਂ ਹਰ ਰੋਜ਼ ਦੇਖਦੇ ਹੋਵੋਗੇ ਮੁੱਖਮੰਤਰੀ 3 ਜਾਂ 4 ਥਾਂ 'ਤੇ ਹਰ ਰੋਜ਼ ਜਾਂਦਾ ਹੈ। ਇਦੋਂ ਪਹਿਲਾਂ ਆਉਣਾ ਸਾਲ 'ਚ 3-4 ਵਾਰੀ ਨਹੀਂ ਜਾਂਦਾ ਸੀ, ਕਿਉਂਕਿ ਵਲੰਟੀਅਰ ਮੁੱਖ ਮੰਤਰੀ ਹੈ, ਕੰਮ ਕਰਨ ਦਾ ਚਾਅ ਹੈ ਮੈਨੂੰ। ਮੈਨੂੰ ਐਂ ਹੁੰਦਾ ਛੇਤੀ ਛੇਤੀ ਕੰਮ ਕਰੀਏ, ਲੇਟ ਬਹੁਤ ਹੋ ਗਿਆ ਪੰਜਾਬ, ਅਸੀਂ ਪੰਜਾਬ ਨੂੰ ਹੁਣ No. 1 ਸੂਬਾ ਬਣਾਉਣਾ, ਲੇਟ ਹੋ ਗਿਆ, ਛੇਤੀ ਕਰੀਏ। ਕਈ ਅਫਸਰਾਂ ਤੋਂ ਮੈਂ ਕਹਿਣਾ, ਉਹ ਕਹਿੰਦੇ 2 ਮਹੀਨੇ ਲੱਗਣਗੇ ਯਾਰ, ਕਿਵੇਂ ਨਾ ਕਿਵੇਂ ਮਹੀਨਾ ਕਰੋ ਇਹਨੂੰ, ਕਿਵੇਂ ਨਾ ਕਿਵੇਂ ਫਾਸਟ ਕਰੋ, ਇਹ ਕੰਮ ਮਹੀਨੇ 'ਚ ਕਰ ਦਈਏ ਆਪਾਂ, ਕਿਉਂਕਿ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੇ ਹਾਂ। ਸੋ ਇਸ ਕਰਕੇ ਸਿਸਟਮ ਨੂੰ ਵੀ ਫਾਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕੰਮ ਵੀ ਪਾਰਦਰਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੌਲੀ ਹੌਲੀ ਸੁਧਰੂਗਾ, ਇੱਕ ਦਿਨ 'ਚ ਤਾਂ ਦੇਖੋ ਆਪਾਂ ਕੋਈ ਜਾਦੂ ਦੀ ਛੜੀ ਨਹੀਂ ਫੇਰ ਸਕਦੇ, ਪਰ ਸੁਧਰੀ ਜਾਂਦਾ, ਇੰਨਾ ਮੈਨੂੰ ਪਤਾ ਲੱਗ ਗਿਆ ਕਿ ਸੁਧਰੀ ਜਾਂਦਾ। ਪਰਸੋਂ ਮੇਰੇ ਕੋਲ ਵੀਡੀਓ ਆਈ, ਅਬੋਹਰ ਦਾ ਇੱਕ ਬੰਦਾ ਕਹਿ ਰਿਹਾ ਸੀ ਕਿ 20 ਸਾਲ ਹੋ ਗਏ ਜੀ ਮੇਰੀ ਜ਼ਿੰਦਗੀ 'ਚ, ਮੈਂ ਕਦੇ ਨਹੀਂ ਦੇਖਿਆ ਕਿ 20 ਸਾਲਾਂ ਬਾਅਦ ਪਨੀਰੀ ਨੂੰ ਨਹਿਰ ਦਾ ਪਾਣੀ ਲਾ ਰਿਹਾ ਅਸੀਂ, ਅਬੋਹਰ ਦਾ ਬੰਦਾ ਕਹਿ ਰਿਹਾ ਸੀ। ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਜੀ, ਟੇਲਾਂ ਤੱਕ ਪਾਣੀ ਪਹੁੰਚਾਤਾ, ਪਾਣੀ ਧਰਤੀ ਦਾ ਵੀ ਬਚਾਵਾਂਗੇ, ਬਿਜਲੀ ਬਚਾ ਰਹੇ ਹਾਂ। ਅਸੀਂ ਤਾਂ ਲੱਗੇ ਹੋਏ ਹਾਂ ਕਿ ਬਾਜੇ ਬਾਜੇ, ਇੱਧਰੋਂ ਬਾਜੇ ਇੱਧਰੋਂ ਬਾਜੇ, ਅਤੇ ਬਾਜੇ ਤਾਂ ਕਿਹਨੂੰ ਦੇਵਾਂਗੇ? ਲੋਕਾਂ ਨੂੰ ਦੇਵਾਂਗੇ, ਉਹਨਾਂ ਦੇ ਧੀਆਂ ਪੁੱਤਾਂ ਨੂੰ ਰੋਜ਼ਗਾਰ ਮਿਲੂਗਾ, ਤਨਖਾਹਾਂ ਦੇਵਾਂਗੇ। ਆ ਵੱਡੇ ਵੱਡਿਆਂ ਨੂੰ ਫੜ ਵੀ ਰਹੇ ਹਾਂ ਵੀ ਉਹਨਾਂ ਕੋਲੇ ਨਾ ਬਾਜੇ ਕੁਛ, ਉਹਦਾ ਉਲਟਾ, ਉਹਨਾਂ ਦੀਆਂ ਪ੍ਰੋਪਰਟੀਆਂ ਵੀ ਅਟੈਚ ਕਰਾਂਗੇ ਜਿਹੜੀਆਂ ਉਹਨਾਂ ਨੇ ਕਰਪਸ਼ਨ ਨਾਲ ਕਮਾਈਆਂ ਨੇ, ਉਹ ਪ੍ਰੋਪਰਟੀਆਂ ਨੂੰ ਅਟੈਚ ਕਰਕੇ ਖਜ਼ਾਨੇ 'ਚ, ਖਜ਼ਾਨੇ 'ਚੋਂ ਥਿੱਡੀਆਂ ਤੁਹਾਨੂੰ। ਥੋੜ੍ਹਾ ਜਿਹਾ ਰੂਟ ਬਦਲਣਾ ਬਸ, ਲੋਕਾਂ ਵਾਲਾ ਪੈਸਾ ਮਾਫੀਏ ਦੀ ਥਾਂ 'ਤੇ ਸਿੱਧਾ ਖਜ਼ਾਨੇ 'ਚ, ਕਰਪਟ ਲੋਕਾਂ ਨੇ ਜੋ ਪ੍ਰੋਪਰਟੀਆਂ ਬਜਾਈਆਂ ਉਹਨਾਂ ਨੂੰ ਅਟੈਚ ਕਰਕੇ ਸਿੱਧੀਆਂ ਖਜ਼ਾਨੇ 'ਚ, ਖਜ਼ਾਨੇ 'ਚੋਂ ਸਿੱਧੀਆਂ ਲੋਕਾਂ ਵੱਲ। ਇਦੋਂ ਪਹਿਲਾਂ ਇਹਨਾਂ ਦੇ ਘਰਾਂ ਵੱਲ ਹੀ ਜਾਂਦੀਆਂ ਸੀ ਬਸ। ਸੋ ਉਹ ਕੰਮ ਬੰਦ ਕਰ ਦੇਣਾ, ਮਾਫੀਆ ਰਾਜ ਬੰਦ ਕਰ ਦੇਣਾ। ਥੋੜ੍ਹਾ ਤੋੜਨ ਨੂੰ ਟਾਈਮ ਲੱਗ ਗਿਆ, ਰੇਤ ਮਾਫੀਆ ਨਿਬੇੜ ਲਿਆ ਕੰਮ, ਪਾਰਦਰਸ਼ੀ ਤਰੀਕੇ ਨਾਲ ਖੱਡਾਂ ਦੀ ਨਿਲਾਮੀ ਹੋ ਰਹੀ ਹੈ। ਤੁਸੀਂ ਹੈਰਾਨ ਹੋ ਜਾਓਗੇ, ਹੈਰਾਨ ਹੋ ਜਾਓਗੇ, ਪਿਛਲੇ ਦਿਨੀ ਕੁਝ ਖੱਡਾਂ ਦੀ ਨਿਲਾਮੀ ਹੋਈ ਹੈ ਤਾਂ ਸਾਡੇ ਮਾਈਨਿੰਗ ਡਿਪਾਰਟਮੈਂਟ ਨੇ ਮੰਤਰੀ ਸਾਹਿਬ ਬੈਠੇ
ਮੀਥੇਅਰ। ਮਾਈਨਿੰਗ ਡਿਪਾਰਟਮੈਂਟ ਨੇ ਇਹ ਕਹਿਤਾ ਕਿ ਜਿਹਨੇ ਜਿਹਨੇ ਪਰਚੀਆਂ ਪਾਈਆਂ ਨੇ ਆਪਦਾ ਆਪਦਾ ਵੀਡੀਓ ਕੈਮਰਾ ਲੈ ਕੇ ਆਇਓ, ਤਾਂ ਕਿ ਤੁਹਾਨੂੰ ਇਹ ਨਾ ਸ਼ੱਕ ਰਵੇ ਕਿ ਕੋਈ ਗਲਤ ਵੀਡੀਓ ਬਣ ਗਈ ਜਾਂ ਕਿਸੇ ਗਲਤ ਬੰਦੇ ਨੂੰ ਜਿਹੜੀ ਹੈ ਉਹ ਖੱਡ ਮਿਲ ਗਈ ਸਿਫਾਰਸ਼ੀ ਨੂੰ। ਇੰਨੀ ਪਾਰਦਰਸ਼ਤਾ ਜੀ, ਮੈਨੂੰ ਇਹਨਾਂ ਨੇ ਫੋਟੋ ਭੇਜੀ, ਬੜਾ ਵਧੀਆ ਲੱਗਿਆ ਮੈਨੂੰ। ਹਰ ਮਹਿਕਮੇ ਦੇ ਵਿੱਚ ਇੱਦੀ ਕਰਾਂਗੇ, ਪਾਰਦਰਸ਼ਤਾ। ਵਲੰਟੀਅਰ ਬਹੁਤ ਸਾਰੇ ਪੜ੍ਹੇ ਲਿਖੇ ਵਲੰਟੀਅਰ ਸਾਡੇ, ਜੋ ਵੀ ਉਹਨਾਂ ਦੀ ਡਿਗਰੀ ਹੈ ਉਹਦੇ ਮੁਤਾਬਕ ਕੰਮ ਮਿਲੂਗਾ, ਨੌਕਰੀਆਂ ਮਿਲਣਗੀਆਂ, ਘਰੇ ਚਿੱਠੀ ਆਊਗੀ, ਕਿਸੇ ਦੀ ਸਿਫਾਰਿਸ਼ ਜਾਂ ਲੋਬਿੰਗ ਜਾਂ ਕੋਈ ਰਿਸ਼ਵਤ ਨਹੀਂ ਚੱਲੂਗੀ। ਤੁਹਾਡੇ ਘਰੇ ਚਿੱਠੀ ਆਜੂਗੀ, ਜੇ ਤੁਸੀਂ ਪੇਪਰ ਕਲੀਅਰ ਕਰ ਲਿਆ ਤੁਹਾਨੂੰ ਨੌਕਰੀ ਮਿਲ ਜੂਗੀ। ਭਾਵੇਂ ਇੱਕ ਘਰ 'ਚੋਂ ਤਿੰਨ ਬੰਦਿਆਂ ਨੂੰ ਮਿਲਣੀ ਹੋਵੇ ਮਿਲ ਜੂਗੀ, ਤਿੰਨਾਂ ਨੇ ਪੇਪਰ ਪਾਸ ਕੀਤਾ ਤਾਂ ਤਿੰਨਾਂ ਨੂੰ ਮਿਲੂਗੀ। ਇੱਕ ਮੁੰਡਾ, ਮੈਂ ਨਿਯੁਕਤੀ ਪੱਤਰ ਵੰਡਣ ਗਿਆ, ਇੱਕ ਮੁੰਡੇ ਨੂੰ ਮੈਂ ਨਿਯੁਕਤੀ ਪੱਤਰ ਦਿੱਤਾ, ਉਹ ਮੈਨੂੰ ਕਹਿੰਦਾ ਇਸੇ ਸਾਲ 'ਚ ਮੇਰੀ ਤੀਜੀ ਨੌਕਰੀ ਹੈ। ਮੈਂ ਕਿਹਾ ਵੀ ਕਿਵੇਂ? ਮੈਨੂੰ ਫਿਰ ਨਾਲ ਦੇ ਅਫਸਰ ਨੇ ਦੱਸਿਆ ਪਹਿਲਾਂ ਇਹ ਕਲਰਕ ਲੱਗਿਆ ਜੀ, ਉਦੋਂ ਵੀ ਤੁਸੀਂ ਇਹਨੂੰ ਨਿਯੁਕਤੀ ਪੱਤਰ ਦੇਤਾ, ਫਿਰ ਇਹਨੇ ਕਲਰਕ ਲੱਗ ਕੇ ਹੈੱਡ ਕਲਰਕ ਦਾ ਪੇਪਰ ਦਿੱਤਾ, ਉਹ 'ਚ ਪਾਸ ਹੋ ਗਿਆ, ਫਿਰ ਹੈੱਡ ਕਲਰਕ ਬਣ ਗਿਆ ਜੀ, ਉਦੋਂ ਵੀ ਤੁਸੀਂ ਨਿਯੁਕਤੀ ਪੱਤਰ ਦੇਤਾ। ਹੁਣ ਕਹਿੰਦਾ ਜੀ ਹੈੱਡ ਕਲਰਕ ਬਣ ਕੇ ਇਹਨੇ ਐਸ ਡੀ ਓ ਦਾ ਪੇਪਰ ਦਿੱਤਾ, ਹੁਣ ਐਸ ਡੀ ਓ ਦਾ ਪਾਸ ਕਰ ਗਿਆ, ਅੱਜ ਇਹਨੂੰ ਐਸ ਡੀ ਓ ਦਾ ਨਿਯੁਕਤੀ ਪੱਤਰ ਦੇ ਰਹੇ ਹੋ। ਇੱਕ ਸਾਲ 'ਚ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦੇ ਤਿੰਨ ਤਿੰਨ ਚਾਂਸ ਮਿਲ ਗਏ, ਇਦੋਂ ਪਹਿਲਾਂ 30-40 ਸਾਲ ਇੱਕ ਚਾਂਸ ਵੀ ਨਹੀਂ ਮਿਲਿਆ ਯਾਰ, ਇੱਕ ਚਾਂਸ ਵੀ। ਇੱਕ ਸਾਲ 'ਚ ਤਿੰਨ ਨੌਕਰੀਆਂ, ਜਿਉਂ ਜਿਉਂ ਉਹਦੀ ਨੌਕਰੀ ਵੱਡੀ ਹੋਈ ਜਾਂਦੀ ਪਿਛਲੀ ਛੱਡੀ ਜਾਂਦਾ ਉਹ। ਇੱਦਾਂ ਪਹਿਲਾਂ ਕਦੇ ਸੋਚਿਆ ਸੀ ਆਪਾਂ? ਇਹ ਤਾਂ ਹੋਊਗਾ ਸਰਕਾਰ ਇਮਾਨਦਾਰ ਹੋਵੇ, ਛਵੀ ਸਾਫ਼ ਹੋਵੇ, ਨੀਅਤ ਸਾਫ਼ ਹੋਵੇ। ਔਰ ਪੰਜਾਬ ਦੇ ਲੋਕਾਂ 'ਤੇ ਮੈਨੂੰ ਕੋਈ ਸ਼ੱਕ ਨਹੀਂ, ਮਿਹਨਤੀ ਕੌਮ ਹੈ ਪੰਜਾਬ ਦੇ ਲੋਕ, ਦੇਸ਼ ਭਗਤ ਲੋਕ ਨੇ, ਮੁਲਕ ਨੂੰ ਆਜ਼ਾਦ ਕਰਾਉਣ ਵਾਲੇ ਲੋਕ ਆ, ਮੁਲਕ ਸਾਡਾ, ਸਾਰਾ ਮੁਲਕ ਸਾਡਾ ਹੈ। ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਵੀ ਅੱਜ ਲੱਖਾਂ ਸੀਨੇ ਜਿਹੜੇ ਨੇ ਉਹ ਤਣੇ ਖੜ੍ਹੇ ਨੇ ਚਾਈਨਾ ਦੇ, ਪਾਕਿਸਤਾਨ ਦੇ, ਬੰਗਲਾਦੇਸ਼ ਦੇ ਬਾਰਡਰ 'ਤੇ। ਗੋਲੀਆਂ ਪਹਿਲਾਂ ਸਾਡੇ ਸੀਨੇ 'ਤੇ ਆਉਂਦੀਆਂ ਨੇ ਵੀਰੋ। ਸੋ ਇਸ ਕਰਕੇ ਅਸੀਂ ਵਤਨ ਪ੍ਰਸਤ ਲੋਕ ਹਾਂ, ਆਪਾਂ ਜਿੱਤੀਏ। ਪਹਿਲਾਂ ਕੀ ਹੁੰਦਾ ਸੀ, ਲੀਡਰ ਜਿੱਤ ਜਾਂਦੇ ਸੀ, ਲੋਕ ਹਾਰ ਜਾਂਦੇ ਸੀ, ਹੁਣ ਲੋਕਾਂ ਦੇ ਜਿੱਤਣ ਦੀ ਵਾਰੀ ਹੈ। ਤੁਸੀਂ ਜਿੱਤੋ, ਆਪ ਜਿੱਤੋ, ਆਪਦੇ ਵਰਗੇ ਬੰਦਿਆਂ ਨੂੰ ਜਿਤਾਓ ਜਿਨ੍ਹਾਂ ਨੂੰ ਲੋਕਾਂ ਦੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ। ਜਿਹੜੇ ਉੱਠਦੇ ਹੀ 12-1 ਵਜੇ ਨੇ ਉਹਨਾਂ ਨੂੰ ਕੀ ਪਤਾ ਹੈ ਕਿ ਦੁਨੀਆ ਕਿਹੜੇ ਗ੍ਰਹਿ 'ਤੇ ਵੱਸਦੀ ਹੈ, ਉਹਨਾਂ ਨੂੰ ਕੁਛ ਨਹੀਂ ਪਤਾ। ਉਹਨਾਂ ਦਾ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮੇ ਨੇ, ਉਹਨੂੰ ਕੁਛ ਨਹੀਂ ਪਤਾ। ਸੋ ਆਓ ਆਪਾਂ ਬੱਚਿਆਂ ਨੂੰ ਪੜ੍ਹਾਈਏ, ਪੜ੍ਹੇ ਹੋਏ ਬੱਚਿਆਂ ਨੂੰ ਡਿਗਰੀ ਮੁਤਾਬਕ ਨੌਕਰੀ ਦੇਈਏ, ਬਜ਼ੁਰਗਾਂ ਦਾ ਇਲਾਜ ਕਰਵਾਈਏ, ਫ੍ਰੀ ਇਲਾਜ ਕਰਵਾਈਏ, ਉਹਨਾਂ ਦੀ ਉਮਰ ਵਧਾਈਏ। ਜਾਣਾ ਦੁਨੀਆ ਤੋਂ ਹਰੇਕ ਨੇ ਹੈ, ਪਰ ਬਜ਼ੁਰਗਾਂ ਨੂੰ ਜਿਉਂਦੇ ਜੀ ਉਹਨਾਂ ਦੀਆਂ ਅੱਖਾਂ ਰਾਹੀਂ ਦਿਖਾ ਜੀਏ ਕਿ ਯਾਰ ਮੇਰੇ ਜਿਉਂਦੇ ਜੀ ਸਾਡਾ ਪੰਜਾਬ ਪਟੜੀ 'ਤੇ ਚੜ੍ਹ ਗਿਆ ਸੀ, ਸਾਡਾ ਪਰਿਵਾਰ ਪਟੜੀ 'ਤੇ ਚੜ੍ਹ ਗਿਆ ਸੀ, ਆਹ ਤਮੰਨਾ ਲੈ ਕੇ ਕੰਮ ਕਰ ਰਹੇ। ਬਾਕੀ ਸਾਰੀਆਂ ਪੂਰੇ ਦੇਸ਼ ਦੀਆਂ ਗੌਰਮੈਂਟਾਂ ਆਪਣੇ ਕੰਮਾਂ ਨੂੰ ਫੋਲੋ ਕਰਨ ਲੱਗ ਗਈਆਂ ਕਿ ਜੀ ਆਹ ਤੁਸੀਂ ਕਿਵੇਂ ਕੀਤਾ ਜੀ, ਇਹ ਐਂ ਹੋਜੂਗਾ ਜੀ, ਕਿਉਂਕਿ ਤਜਰਬੇ ਕਰਦੇ ਹਾਂ ਆਪਾਂ, ਨਵੇਂ ਕਰਦੇ ਹਾਂ। ਸਭ ਦਾ ਹਿੱਸਾ, ਮਾਵਾਂ ਭੈਣਾਂ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਸਭ ਦਾ ਹਿੱਸਾ ਹੈ, ਸਭ ਦਾ, ਸਾਰੇ ਸਮਾਜ ਨੂੰ ਉੱਪਰ ਲੈ ਕੇ ਜਾਣਾ। ਆਪਦੀ ਲਕੀਰ ਵੱਡੀ ਕਰੋ,
ਨਾਲ ਦੀ ਲਕੀਰ ਨੂੰ ਛੋਟੀ ਕਰਕੇ ਆਪਣੇ ਵਾਲੀ ਵੱਡੀ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਦੀ ਲਕੀਰ ਵੱਡੀ ਹੋਊਗੀ ਤਾਂ ਵਾਧਾ ਹੋਊਗਾ, ਨਾਲ ਦੀ ਨੂੰ ਛੋਟੀ ਕਰੋਗੇ ਤਾਂ ਤੁਹਾਡੇ ਵਾਲੀ ਲਕੀਰ ਤਾਂ ਉੱਡੀ ਹੋ ਰਹੂਗੀ ਨਾ, ਤੁਹਾਡੇ ਵਾਲੀ ਲਕੀਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਲੱਤਾਂ ਖਿੱਚਣ ਦੀ ਕੋਸ਼ਿਸ਼ ਨਾ ਕਰੋ ਕਿਸੇ ਦੀਆਂ, ਕਿਹਾ ਨਾ ਉੱਪਰ ਵੱਧ ਜੇ, ਉਹ ਤੋਂ ਜ਼ਿਆਦਾ ਉੱਪਰ ਜਾਣ ਦੀ ਕੋਸ਼ਿਸ਼ ਕਰੋ ਕਿ ਉਹ ਵੀ ਜਾਵੇ, ਮੈਂ ਇਹ ਤੋਂ ਉੱਪਰ ਜਾਊਂਗਾ। ਸੋ ਆਹ ਮੇਰਾ ਤੁਹਾਨੂੰ ਸੰਦੇਸ਼ ਹੈ ਬਤੌਰ ਪਾਰਟੀ ਪ੍ਰਧਾਨ, ਬਤੌਰ ਮੁੱਖ ਮੰਤਰੀ ਪੰਜਾਬ। ਮੈਂ ਤੁਹਾਡੇ ਨਾਲ ਰੂਬਰੂ ਹੁੰਦਾ ਰਹੂੰਗਾ, ਪਿੰਡਾਂ 'ਚ ਵੀ ਆਊਂਗਾ, ਜਦੋਂ ਵੀ ਕਿਤੇ ਮੌਕਾ ਮਿਲੂਗਾ। ਆਮ ਤੌਰ 'ਤੇ ਮੈਨੂੰ ਕਹਿ ਦਿੰਦੇ ਨੇ ਫਲਾਨੇ ਪ੍ਰੋਗਰਾਮ 'ਚ ਨਾ ਜਾਇਓ ਜੀ, ਮੈਂ ਕਿਉਂ? ਕਹਿੰਦੇ ਜੀ ਪਹਿਲਾਂ ਵਾਲੇ ਜਾਂਦੇ ਨਹੀਂ ਹੁੰਦੇ ਸੀ। ਮੈਂ ਕਿਹਾ ਇਸੇ ਕਰਕੇ ਤਾਂ ਪਹਿਲਾਂ ਵਾਲੇ ਨੇ ਉਹ, ਹੁਣ ਵਾਲੇ ਕਿਉਂ ਨਹੀਂ ਹੈਗੇ? ਲੋਕਾਂ 'ਚ ਜਾਣ ਵਾਸਤੇ ਕੋਈ, ਮੈਂ ਇਹ ਨਹੀਂ ਦੇਖਦਾ 50 ਬੰਦੇ ਨੇ ਜਾਂ 500 ਹੈ। ਮੈਂ ਕਹਿੰਦਾ ਜਿੱਥੇ ਵੀ ਲੋਕ ਮਿਲਦੇ ਨੇ ਉਹਨਾਂ ਨਾਲ ਗੱਲ ਕਰੋ, ਉਹਨਾਂ ਦੀਆਂ ਮੰਗਾਂ ਸੁਣੋ। ਐਸੇ ਜਨਮ 'ਚ ਜੇ ਕਿਸੇ ਨੂੰ ਤੁਹਾਡੇ ਦਸਖਤਾਂ ਨਾਲ ਜੀਵਨ ਸਤਰ ਕਿਸੇ ਦਾ ਉੱਚਾ ਹੋ ਗਿਆ, ਜਾਂ ਤੁਹਾਡੇ ਸਾਈਨ ਕਰਨ ਨਾਲ ਕਿਸੇ ਦਾ ਚੁੱਲ੍ਹਾ ਬਲ ਗਿਆ, ਜਾਂ ਕਿਸੇ ਦੀ ਕਬੀਲਦਾਰੀ ਲੀਹ 'ਤੇ ਚੜ੍ਹ ਗਈ, ਫਿਰ ਕਈ ਖੰਡ ਪਾਠਾਂ ਜਿੰਨਾ ਪੁੰਨ, ਕਈ ਜਗਰਾਤਿਆਂ ਜਿੰਨਾ ਪੁੰਨ ਲੱਗ ਜਾਂਦਾ। ਸੋ ਇਸ ਕਰਕੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਧੰਨਵਾਦ ਇਸ ਗੱਲੋਂ ਕਰਦਾ ਕਿ ਜਲੰਧਰ ਦੇ ਲੋਕਾਂ ਨੇ ਮੇਰੀ ਛੋਟੀ ਜਿਹੀ ਬੇਨਤੀ 'ਤੇ ਇੰਨੇ ਫੁੱਲ ਚਾੜੇ ਕਿ ਜਦੋਂ ਵਧਾਈਆਂ ਦੇ ਫੋਨ ਆਉਣ ਲੱਗੇ ਤਾਂ ਮੈਨੂੰ ਕੁਛ ਘੰਟਿਆਂ ਲਈ ਫੋਨ ਬੰਦ ਕਰਨਾ ਪਿਆ, ਕਿਉਂਕਿ ਮੈਂ ਇਮੋਸ਼ਨਲ ਹਾਂ ਤਾਂ ਮੇਰੀਆਂ ਅੱਖਾਂ 'ਚੋਂ ਪਾਣੀ ਆ ਜਾਂਦਾ ਸੀ ਜਦੋਂ ਵਧਾਈਆਂ ਦੇ ਫੋਨ ਆਉਣ ਲੱਗੇ ਜਲੰਧਰ ਦੇ ਲੋਕਾਂ ਦੇ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਧੰਨਵਾਦ ਜੀ। ਹੁਣ ਇਹਨਾਂ ਦਾ ਮੁੱਲ, ਇੱਕ ਇੱਕ ਵੋਟ ਦਾ ਮੁੱਲ ਮੋੜਨਾ ਆਪਣਾ ਸਾਰਿਆਂ ਦਾ ਫਰਜ਼ ਹੈ। ਜਿਹੜੀ ਮੇਰੀ ਟੀਮ ਹੈ ਸਾਰੀ, ਤੁਸੀਂ, ਤੁਹਾਡਾ ਫਰਜ਼ ਹੈ, ਕਿਉਂਕਿ ਟੀਮ ਵਰਕ ਹੈ। ਹਰ ਰੋਜ਼ ਕੋਹਲੀ ਵੀ ਨਹੀਂ ਸੈਂਚਰੀ ਲਾਉਂਦਾ, ਹਰ ਰੋਜ਼ ਕੋਈ ਬੋਲਰ ਵੀ 5 ਵਿਕਟਾਂ ਨਹੀਂ ਲੈਂਦਾ ਜਾਂ ਹੈਟ੍ਰਿਕ ਨਹੀਂ ਲਾਉਂਦਾ, ਕਦੇ ਕੋਈ ਕਦੇ ਕੋਈ, ਪਰ ਟੀਮ ਜਿੱਤਣੀ ਚਾਹੀਦੀ ਹੈ। ਪ੍ਰੋਪਰ ਟੀਮ ਜਿਹੜੀ ਹੈ ਉਹ ਜਿੱਤਣੀ ਚਾਹੀਦੀ ਹੈ। ਸਭ ਤੋਂ ਵਧੀਆ ਟੀਮ ਜੇ ਆਮ ਆਦਮੀ ਪਾਰਟੀ ਦੇ ਵਿੱਚ, ਦੇਸ਼ ਦੇ ਵਿੱਚ ਜੇ ਗਿਣੀਏ ਤਾਂ ਸਭ ਤੋਂ ਵਧੀਆ ਟੀਮ ਦੇ ਵਿੱਚ ਪੰਜਾਬ ਦਾ ਨੰਬਰ ਆਉਣ ਲੱਗ ਗਿਆ। ਹੁਣ ਪਹਿਲਾਂ ਦਿੱਲੀ ਵਾਲੇ, ਕਿਉਂਕਿ ਦਿੱਲੀ ਨੇ ਸ਼ੁਰੂਆਤ ਕੀਤੀ ਸੀ, ਪਰ ਅਸੀਂ ਪੰਜਾਬੀ ਹਾਂ, ਅਸੀਂ ਰਿਕਾਰਡ ਬੀਟ ਕਰਨ ਦੇ ਮਾਹਿਰ ਹਾਂ। ਸੋ ਇਸ ਕਰਕੇ ਸਭ ਤੋਂ ਬੈਸਟ ਟੀਮ ਜਿਹੜੀ ਹੈ, ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਮੁਕਾਬਲਾ ਕਰਾਇਓ ਜੀ ਸਾਰੇ ਦੇਸ਼ ਦਾ ਕਿ ਕਿਹੜੀ ਕਿਹੜੀ ਟੀਮ ਦੇ ਵਲੰਟੀਅਰ, ਕਿਹੜੀ ਕਿਹੜੀ ਟੀਮ ਬੈਸਟ ਟੀਮ ਹੈ, ਅਵਾਰਡ ਦੇ ਦਿਓ। ਤਾਂ ਮੈਨੂੰ ਪੱਕਾ ਪਤਾ ਪਹਿਲੇ 3-4 ਤਾਂ ਆਪਣੇ ਹੀ ਪੱਕੇ ਨੇ, ਕਿਉਂਕਿ ਹਰ ਫੀਲਡ ਦੇ ਵਿੱਚ, ਚਾਹੇ ਰੋਡ ਸ਼ੋਅ ਕਰਨਾ ਹੋਵੇ, ਰੈਲੀ ਕਰਨੀ ਹੋਵੇ, ਵੋਟਰਾਂ ਕੋਲ ਜਾਣਾ ਹੋਵੇ, ਕੋਈ ਗੱਲ ਸਰਕਾਰ ਦੀ ਨੀਤੀ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣੀ ਹੋਵੇ ਤਾਂ ਸਾਡੇ ਕੋਲ ਬੈਸਟ ਟੀਮ ਹੈ। ਪ੍ਰਾਊਡ ਆਫ ਯੂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੀਆਂ ਵੀ ਟੀਮਾਂ, ਜਿੰਨੇ ਵੀ MP ਸਾਹਿਬਾਨ, ਸਾਡੇ ਮੰਤਰੀ ਸਾਹਿਬਾਨ, MLA ਸਾਹਿਬਾਨ ਇੱਥੇ ਬੈਠੇ ਨੇ, ਸੋ ਇਸੇ ਤਰ੍ਹਾਂ ਸਰਕਾਰਾਂ ਲੋਕਾਂ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀਆਂ ਰਹਿਣਗੀਆਂ, ਕਿਉਂਕਿ ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਲੋਕਾਂ ਨੂੰ ਬਿਲਕੁਲ ਵੀ ਨਹੀਂ ਆਪਣੀ ਕਿਸਮਤ ਹੀ ਛੱਡਤਾ। ਸਮਝ ਲਓ ਵੀ ਜਾਓ ਰੁੜ ਜਾਓ ਜਿੱਥੇ ਰੁੜਦੇ ਹੋ, ਲੋਕ ਆਪਦੀ ਕਿਸਮਤ ਹੀ ਪਲੇ ਨੇ। ਚਲੋ ਕੋਈ ਚੰਗੀ ਭਲੀ ਘੜੀ ਸੀ ਕਿ ਸਾਡੇ ਵਰਗਿਆਂ ਨੂੰ ਮੌਕਾ ਮਿਲ ਗਿਆ, ਆਮ ਘਰਾਂ ਦੇ ਜਵਾਕਾਂ, ਅਤੇ ਆਮ ਘਰਾਂ ਦੇ ਜਵਾਕਾਂ ਦੇ ਕੋਲ ਸਾਨੂੰ ਕੋਈ ਨਾ ਮਾਫੀਆ ਬਣਾਉਣਾ ਆਉਂਦਾ, ਨਾ ਹੀ ਬਣਾਉਣਾ,
ਬਸ ਇੱਕੋ ਹੀ ਕੰਮ ਆਉਂਦਾ ਕਿ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਜ਼ਰੂਰ ਪਾਉਣਾ। ਇੰਨੀਆਂ ਕੁ ਮੇਰੀਆਂ ਬੇਨਤੀਆਂ, ਤੁਸੀਂ ਕਬੂਲ ਕਰਿਓ, ਵਧਾਈਆਂ ਕਬੂਲ ਕਰਿਓ। ਜਿਹਨਾਂ ਜਿਹਨਾਂ ਨੇ ਵੀ ਇਸ ਜਿੱਤ ਦੇ ਵਿੱਚ ਇੱਕ ਵੀ ਕਦਮ ਘਰੋਂ ਪੁੱਟ ਕੇ, ਚਾਹੇ ਉਹ ਰੈਲੀ 'ਚ ਆਏ, ਚਾਹੇ ਉਹ ਕਿਸੇ ਨੂੰ ਕਹਿਣ ਗਏ, ਉਹ ਦੋ ਕਦਮ, ਚਾਰ ਕਦਮ, ਦਸ ਕਦਮ ਵੀ ਪੰਜਾਬ ਦੇ ਲੇਖੇ। ਬਹੁਤ ਬਹੁਤ ਤੁਹਾਡਾ ਧੰਨਵਾਦ, ਲਵ ਯੂ ਆਲ। ਜਿਉਂਦੇ ਵੱਸਦੇ ਰਹੋ, ਤਰੱਕੀਆਂ ਕਰੋ, ਔਰ ਸਾਰੇ ਘਰਾਂ 'ਚ ਖੁਸ਼ੀਆਂ ਖੇੜੇ ਆਉਣਗੀਆਂ। ਇਸੇ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਵਾਂਗੇ, ਗਿੱਧੇ ਭੰਗੜੇ ਪੈਣਗੇ, ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ, ਜਿਉਂਦੇ ਵੱਸਦੇ ਰਹੋ, ਹੌਲੀ ਜਾਇਓ, ਆਰਾਮ ਨਾਲ ਜਾਇਓ, ਬਜ਼ੁਰਗ ਵੀ ਨੇ, ਮਾਵਾਂ ਵੀ ਨੇ, ਭੈਣਾਂ ਵੀ ਨੇ, ਸੋ ਤੁਹਾਡੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ। ਬਹੁਤ ਬਹੁਤ ਧੰਨਵਾਦ। ਧੰਨਵਾਦ ਮਾਣਯੋਗ ਮੁੱਖ ਮੰਤਰੀ ਸਾਹਿਬ।